ਇਸ ਵੀਡੀਓ ਦੇ ਵਿੱਚ ਅੱਜ ਇੱਕ ਵਾਰ ਫਿਰ ਤਾਂ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਦੀ ਗੱਲ ਹੋਵੇਗੀ ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਰਫ ਵੈਲਿਊਜ਼ ਬਾਰੇ ਦੱਸਿਆ ਸੀਗਾ ਉਹ ਵੀ ਸਾਈਡਾਂ ਦੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਥਰੂ ਐਂਗਲ ਕਿਸ ਤਰੀਕੇ ਨਾਲ ਸਾਈਡਸ ਫਾਈਂਡ ਕਰਨੀਆਂ ਹੁੰਦੀਆਂ ਇਹਨਾਂ ਦੀਆਂ ਵੈਲਿਊਜ਼ ਕਿਸ ਤਰ੍ਹਾਂ ਫਾਈਂਡ ਕਰਨੀਆਂ ਵਾ ਉਹ ਦੱਸਾਂਗੀ ਸੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਇੱਕ ਟ੍ਰਿਕ ਯੂਜ਼ ਕੀਤੀ ਸੀ ਨਾ ਪੰਡਤ ਭਦਰੀ ਪ੍ਰਸਾਦ ਹਰ ਹਰ ਬੋਲੇ ਵਾਲੀ ਇਹਨੂੰ ਤੁਸੀਂ ਲਿਖ ਲਿਆ ਕਰੋ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਜਦੋਂ ਉੱਪਰ ਵਾਲਾ ਸਾਈਨ ਹੁੰਦਾ ਆ ਜਿਹੜਾ ਇਹ ਵਿੱਚ ਵਾਲਾ ਕੋਸ ਤੇ ਇਹ ਵਾਲਾ ਟੈਨ ਤੇ ਜੇ h/p ਲਿਖਣਾ ਉਲਟ ਲਿਖਣਾ ਆ ਤੇ ਫਿਰ ਕੋਸੈਕ ਇਹ ਵਾਲਾ ਸੈਕ θ ਐਂਡ ਇਹ ਵਾਲਾ ਕੋਟ ਕਹਿਣ ਦਾ ਭਾਵ ਕਿ ਸਾਈਨ ਕੋਸੈਕ ਦਾ ਉਲਟ ਕੋਸੈਕ ਦਾ ਉਲਟ ਹੋਰ ਟੈਨ ਕੋਟ ਦਾ ਉਲਟ ਇਹ ਇੱਕ ਦੂਜੇ ਦੇ ਨਾਲ ਇਹਨਾਂ ਦਾ ਰਿਲੇਸ਼ਨ ਹੁੰਦਾ ਆ ਸੋ ਆਓ ਸਾਈਨ a ਦੀ ਵੈਲਿਊ ਪਤਾ ਕਰਨੀ ਹੈ ਇਹਦੇ ਵਿੱਚ ਮੈਂ ਐਂਗਲ ਦੀ ਗੱਲ ਕਰ ਰਹੀ ਆ ਜੇ ਇਹ ਤਾਂ ਤੁਸੀਂ ਥਰੂ a ਦੇ ਥਰੂ ਐਂਗਲ ਚੱਲਣਾ ਵਾ ਹਨਾ ਜੇ ਕਲ ਤੁਹਾਡਾ ਐਂਗਲ A ਆ ਤੇ ਐਂਗਲ ਦੇ Oppoosite ਵਾਲੀ ਜਿਹੜੀ ਲਾਈਨ ਆ ਉਹ ਤੁਹਾਡੀ ਪਰਪੈਂਡੀਕੂਲਰ ਹੋਵੇਗੀ ਠੀਕ ਹੈ ਤੇ ਇਹ ਪਰਪੈਂਡੀਕੂਲਰ ਲਾਈਨ ਆ ਵੈਸੇ ਵੀ ਇਹ ਰਾਈਟ ਐਂਗਲ ਬੰਦਾ ਪਿਆ ਆ ਇਹ ਪਹਿਲਾਂ ਹੀ ਪਰਪੈਂਡੀਕੂਲਰ ਸੀ ਇਹ ਬੇਸ ਤੇ ਆ ਕਿਹੜੀ ਹੁੰਦੀ ਆ ਹਾਈਪੋਟੈਨਿਊਸ ਠੀਕ ਹੈ ਸੋ ਐਂਗਲ A ਦੇ Oppoosite ਦੀ ਗੱਲ ਕਰੀਏ ਤੇ P ਸਾਡਾ ਪਰਪੈਂਡੀਕੂਲਰ ਆ sin ਜਿਹੜਾ ਹੁੰਦਾ ਆ ਉਹ P H ਦੇ ਇਕੁਅਲ ਹੁੰਦਾ ਵਾ ਸੋ P ਦੀ ਵੈਲਿਊ ਸਾਡੀ 7 ਹੋਵੇਗੀ H ਦੀ ਵੈਲਿਊ H ਕੀ ਆ ਸਾਡਾ ਹਾਈਪੋਟੈਨਿਊਸ ਉਹਦੀ ਵੈਲਿਊ 8 ਏਸਿਕਾ ਸਾਈਨ ਇਹਦਾ ਜੇਕਰ ਤੁਸੀਂ ਸਾਈਨ ਸੀ ਦੀ ਗੱਲ ਕਰਨੀ ਆ ਜੇਕਰ ਅਸੀਂ ਸੀ ਤੋਂ ਦੇਖੀਏ ਹਾਈਪੋਟੈਨਿਊਸ ਤਾਂ ਆਪਣੀ ਹੀ ਪਲੇਸ ਤੇ ਰਹਿੰਦਾ ਆ ਠੀਕ ਹੈ ਸਿਰਫ ਪਰਪੈਂਡੀਕੂਲਰ ਐਂਡ ਬੇਸ ਚੇਂਜ ਹੁੰਦੇ ਆ ਜੇਕਰ ਅਸੀਂ ਸੀ ਦੀ ਗੱਲ ਕਰੀਏ ਸੀ ਤੋਂ ਓਪੋਜ਼ਿਟ ਜਿਹੜੀ ਲਾਈਨ ਹੈਗੀ ਆ ਉਹ ਏਬੀ ਆ ਠੀਕ ਹੈ ਤੇ ਜੇਕਰ ਸੀ ਦੀ ਗੱਲ ਕਰੀਏ ਤੇ ਫਿਰ ਤੁਹਾਡਾ ਪਰਪੈਂਡੀਕੂਲਰ ਜਿਹੜਾ ਵਾ ਉਹ ਬੇਸ ਵਾਲਾ ਹੋ ਜਾਏਗਾ ਐ ਪਰਪੈਂਡੀਕੂਲਰ ਹੋ ਜਾਏਗਾ ਤੇ ਨਾਲ ਵਾਲਾ ਜਿਹੜਾ ਪਰਪੈਂਡੀਕੂਲਰ ਦੇ ਨਾਲ ਵਾਲਾ ਹੋ ਜਾਏਗਾ ਬੇਸ ਠੀਕ ਹੈ ਸੋ ਹੁਣ ਤੁਹਾਡਾ ਜਿਹੜਾ ਪੀ ਐ ਰਹਿਣਾ ਪੀ ਓਵਰ ਐਚ ਹੀ ਆ ਬਟ ਸਿਰਫ ਜਸਟ ਪੀ ਦੀ ਵੈਲਿਊ ਚੇਂਜ ਹੋਏਗੀ ਬੇਸ ਵਾਲੀ ਜਿਹੜੀ ਉਹ 3 ਆ ਜਾਏਗੀ ਠੀਕ ਹੈ ਤੇ ਐਚ ਤੁਹਾਡਾ ਉਹੀ ਰਹੇਗਾ 8 ਸੋ ਇਸੇ ਤਰੀਕੇ ਨਾਲ cos a ਜੇ ਤਾਂ a ਦੀ ਵੈਲਿਊ ਚਲਣੀ ਆ ਫਿਰ ਪੀ ਐਚ ਬੇਸ ਉਹੀ ਰਹਿਣਾ ਤੁਹਾਡਾ ਠੀਕ ਹੈ ਫਿਰ ਨਹੀਂ ਚੇਂਜ ਹੋਣਾ ਸੋ cos a ਜਿਹੜਾ b ਓਵਰ h b ਮਤਲਬ ਬੇਸ h ਮਤਲਬ ਹਾਈਪੋਟੈਨਿਊਸ ਬੇਸ ਤੁਹਾਡਾ 3 ਹਾਈਪੋਟੈਨਿਊਸ 8 ਜੇਕਰ ਅਸੀਂ ਸੀ ਦੀ ਗੱਲ ਕਰਾਂਗੇ ਇਸ C ਦੇ ਓਪੋਜ਼ਿਟ ਵਾਲੀ ਲਾਈਨ ਕੀ ਆ ਪਰਪੈਂਡੀਕੂਲਰ ਤੇ ਇਹ ਵਾਲੀ ਬੇਸ ਠੀਕ ਹੈ ਸੋ ਬੇਸ ਇਹਦੇ ਵਿੱਚ ਹੁਣ cos C ਦੇ ਵਿੱਚ ਬੇਸ ਕਿੰਨਾ ਆਊਗਾ ਤੁਹਾਡਾ 7 ਤੇ ਹਾਈਪੋਟੈਨਿਊਸ ਤੁਹਾਡਾ ਕਿੰਨਾ ਆਊਗਾ 8 ਠੀਕ ਹੈ tan b h ਹੀ ਆ ਸਿਰਫ ਵੈਲਿਊਜ਼ ਚੇਂਜ ਹੋਣੀਆਂ ਤੁਹਾਡੀਆਂ ਉਸ ਤੋਂ ਬਾਅਦ tan tan ਹੁੰਦਾ ਆ p b ਦੇ ਇਕੁਅਲ ਠੀਕ ਹੈ ਜੇਕਰ a ਦੀ ਗੱਲ ਕਰਾਂਗੇ ਤੇ a ਦੇ ਓਪੋਜ਼ਿਟ ਵਾਲੀ ਲਾਈਨ ਪਰਪੈਂਡੀਕੂਲਰ ਰਹਿਣੀ ਆ ਠੀਕ ਹੈ p ਸਾਡਾ 7 ਔਰ ਬੇਸ 3 ਤੇ ਜੇਕਰ ਅਸੀਂ ਸਿੱਧੀ ਗੱਲ ਕਰਾਂਗੇ ਤੇ ਸੀ ਦੇ ਆਪੋਜ਼ਿਟ ਵਾਲਾ ਪਰਪੈਂਡੀਕੂਲਰ ਹੁੰਦਾ ਆ ਠੀਕ ਹੈ ਤੇ ਬੇਸ ਆ ਨਾਲ ਵਾਲਾ ਪੀ ਓਵਰ ਬੀ ਪਰਪੈਂਡੀਕੂਲਰ ਤੁਹਾਡਾ ਹੁਣ ਕੀ ਆਏਗਾ ਇਹਦੇ ਵਿੱਚ 3 ਤੇ ਬੇਸ ਤੁਹਾਡਾ ਕੀ ਆਏਗਾ 7 ਠੀਕ ਹੈ ਸੋ ਇਹ ਥਰੂ ਐਂਗਲ ਯਾਦ ਰੱਖਣ ਵਾਲੀ ਗੱਲ ਆ ਕਿ ਤੁਸੀਂ ਆਪੋਜ਼ਿਟ ਐਂਗਲ ਦੇਖਣਾ ਆ ਤੇ ਆਪੋਜ਼ਿਟ ਸਾਈਡ ਦੇਖਣੀ ਆ ਐਂਗਲ ਦੇ ਆਪੋਜ਼ਿਟ ਲਈ ਜਿਹੜੀ ਸਾਈਡ ਆ ਨਾ ਉਹ ਤੁਸੀਂ ਪਰਪੈਂਡੀਕੂਲਰ ਲੈਣੀ ਆ ਤੇ ਪਰਪੈਂਡੀਕੂਲਰ ਤੇ ਬੇਸ ਦਾ ਆਪਸ ਵਿੱਚ ਇੰਟਰਚੇਂਜ ਹੋਣਾ ਆ ਹਾਈਪੋਟੈਨਿਊਸ ਉਸੇ ਤਰੀਕੇ ਨਾਲ ਰਹਿਣਾ ਇਸੇ ਤਰੀਕੇ ਨਾਲ ਤੁਸੀਂ ਸੈਕੈਂਟ a ਦਾ ਕੱਢ ਸਕਦੇ ਹੋ ਤੇ ਸੈਕੈਂਟ ਕਿਤੇ ਬਰਾਬਰ ਹੁੰਦਾ ਵਾ h/b h ਉੱਪਰ b نیچے ਠੀਕ ਹੈ ਤੇ a ਦੀ ਗੱਲ ਕਰੀਏ ਤੇ a ਦਾ ਤਾਂ h ਹੀ ਰਹਿਣਾ ਤੇ ਬੇਸ ਵੀ ਪਹਿਲੇ ਵਾਲਾ ਠੀਕ ਹੈ ਜਸਟ ਸੀ ਵਾਲੇ ਚੇਂਜ ਹੋਣੇ ਆ ਤੁਹਾਡੇ ਠੀਕ ਹੈ ਸੈਕੰਡ ਸੀ ਦੇ ਜੇ ਆਪਾਂ ਗੱਲ ਕਰੀਏ ਸੀ ਦੇ ਥਰੂ ਜੇ ਆਪਾਂ ਦੇਖਣਾ ਹੋਵੇ ਰਹਿਣਾ ਐਚ ਓਵਰ ਬੀ ਆ ਬਸ ਬੇਸ ਚੇਂਜ ਹੋਏਗਾ ਉਹਦੇ ਵਿੱਚ ਬੇਸ ਆ ਵਾਲਾ ਆ ਜਾਏਗਾ ਕਿਉਂਕਿ ਸੀ ਦੇ ਓਪੋਜ਼ਿਟ ਵਾਲਾ ਪਰਪੈਂਡੀਕੂਲਰ ਹੋ ਜਾਂਦਾ ਤੇ ਬੇਸ ਜਿਹੜਾ ਉਹ ਨਾਲ ਵਾਲਾ ਸੈਵਨ ਤੁਹਾਡਾ ਬੇਸ ਆ ਜਾਏਗਾ ਹਾਈਪੋਟੈਨਸ ਤੁਹਾਡਾ ਉਹੀ ਰਹੇਗਾ ਇਸੇ ਤਰੀਕੇ ਨਾਲ ਕੋਸੈਕ ਦੀ ਵੈਲਿਊ ਔਰ ਕੋਟ ਦੀ ਵੈਲਿਊ ਤੁਸੀਂ ਪਤਾ ਕਰਨੀ ਹੁੰਦੀ ਹੈ ਥੈਂਕਸ ਫॉर ਵਾਚਿੰਗ